ਕੁੜੀਆਂ ਦੇ ਬੁਲਾਉਣ ਨਾਲ ਸਿੱਧਾ ਹੀ ਨਾ ਤੁਰ ਪਿਆ ਕਰੋ। ਆ ਪਹਿਲਾ ਮੁੰਡੇ ਦਾ ਇੱਕ ਹੱਥ ਵੱਢਿਆ। ਦੂਸਰੀ ਵਾਰੀ ਨਾਲ ਹੀ ਦੂਜਾ ਵੱਢ ਦਿੱਤਾ। ਪਹਿਲਾ ਹੱਥ ਵੱਢ ਕੇ ਕਹਿੰਦੇ ਲਫਾਫੇ 'ਚ ਪਾਇਆ ਫਿਰ ਦੂਜਾ ਹੱਥ ਵੱਢਿਆ ਉਹ ਵੀ ਲਫਾਫੇ 'ਚ ਪਾਇਆ ਤੇ ਨਾਲ ਲੈ ਗਏ। ਪਹਿਲਾ ਤਾਂ ਆ ਵੀਡੀਓ ਦੇਖੋ ਧਿਆਨ ਨਾਲ ਮੈਂ ਥੋੜਾ ਜਿਹਾ ਸ਼ਾਟ ਦਿੰਨਾ। ਮੁੰਡੇ ਦੇ ਦੋਨੇ ਹੱਥ ਵੱਢ ਲਏ। ਆ ਹੋਇਆ ਕੀ ਆ ਥਾ ਕੌਣ ਥੇ ਉਹ ਬਦਮਾਸ਼ ਮੈਂ ਇੱਥੇ ਕਰਨਾਲ ਗਿਆ ਤਾਂ ਜੀ। ਕਰਨਾਲੋਂ ਲੜਕੀ ਦੀ ਜੀ ਲੜਕੀ ਨੇ ਬੁਲਾਇਆ ਤਾਂ ਮੈਂ। ਕਰਨਾਲ ਸੀ ਵੀ ਸਟੈਂਡ ਨਹੀਂ ਬਸ ਸਟੈਂਡ 'ਚ ਮੈਨੇ ਬਿਠਾਈ ਹੈ ਜੀ। ਕੋਣ ਲੜਕੀ? ਲੜਕੀ ਜੀ ਪਤਾ ਨਹੀਂ 3-4 ਦਿਨ ਪਹਿਲਾਂ ਇੰਸਟਾਗ੍ਰam 'ਤੇ ਬਾਤ ਹੋਈ ਸੀ। ਇੰਸਟਾਗ੍ਰam 'ਤੇ ਆਪਕੇ ਬਾਤ ਹੋਈ ਥੀ ਹੈ ਜੀ। ਹਾਂਜੀ ਹਾਂਜੀ। ਹੂੰ। ਇੰਸਟਾਗ੍ਰam 'ਤੇ ਮੁੰਡੇ ਦੀ ਗੱਲ ਹੋਈ ਤੇ ਮਤਲਬ 2-3 ਦਿਨ ਹੋਏ ਗੱਲ ਕਰਦੇ ਨੂੰ ਤੇ ਕੁੜੀ ਨੇ ਮਿਲਣ ਸੱਦਿਆ ਕਹਿੰਦੀ ਰੋਟੀ ਖਾਣੇ ਇਕੱਠੇ ਕਾਫੀ-ਕੂਫੀ ਪੀਣੇ ਆ ਤੇ ਮੁੰਡਾ ਚੱਲ ਗਿਆ ਤੇ ਗੱਡੀ 'ਚ ਬਿਠਾਈ ਬੱਸ ਸਟੈਂਡ ਤੋਂ ਤੇ ਉੱਥੇ ਜਾ ਕੇ ਰੈਸਟੋਰੈਂਟ 'ਤੇ ਬੈਠੇ-ਬੂਠੇ ਤੇ ਉਹਨੇ ਪਿੱਛੋਂ ਮੁੰਡੇ ਸੱਦ ਲਏ। ਇਦੀ ਗੱਲਬਾਤ ਕਿਸੇ ਹੋਰ ਨਾਲ ਸੀ ਖਾਸ ਉਹ ਵੀਰ ਮੇਰੇ ਧਿਆਨ ਦੇਣ ਜਿਨ੍ਹਾਂ ਦਾ ਪਿਆਰ ਬਹੁਤ ਦੁਨੀਆ ਦੇ ਨਾਲ ਆ ਸਮਝਦੇ ਆ ਨਾ ਤੁਸੀਂ ਕਿ ਲੋਕ ਕੁੜੀਆਂ ਨੂੰ ਅੱਗੇ ਕਰਕੇ ਆਹ ਕੰਮ ਵੀ ਕਰ ਦਿੰਦੇ ਆ ਜਿਹਨੇ ਯਾ ਤੱਕਿਆ ਜਿਹਦਾ ਅਸੀਂ ਮਤਲਬ ਕਹਿ ਲੋ ਕਿ ਜਿਹਨਾਂ ਨੁਕਸਾਨ ਹੋਇਆ ਆ ਅਗਲਾ ਚੇਤਾ ਦਾ ਰੱਖਦਾ ਹੀ ਆ ਚਾਹੇ ਕੋਈ ਵੀ ਆ ਤੇ ਸੋ ਧਿਆਨ ਨਾ ਰਿਹਾ ਕਰੋ ਕਿਤੇ ਵਾਦਾ ਘਾਟਾ ਹੋਇਆ ਹੋਵੇ ਤੇ ਯਾਦ ਰੱਖਿਆ ਕਰੋ ਕਿ ਕਿਦਾਂ ਕੀ ਸੀ ਨਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਤੇ ਉਹਨੇ ਸੱਦਿਆ ਮੁੜ ਕੇ ਇੱਕ ਹੱਥ ਲਾ ਲਿਆ ਫਿਰ ਦੂਜਾ ਹੱਥ ਲਾ ਲਿਆ ਹੁਣ ਇਹ ਬੰਦਾ ਦੱਸੋ ਕਿਹੜੇ ਕਾਰੀ ਦਾ ਰਹਿ ਗਿਆ ساری ਜ਼ਿੰਦਗੀ ਦਵਾਹ ਹੋ ਗਈ ਬੰਦੇ ਦੀ